उधर बेशक मुख्यमंत्री भगवंत मान दे वालों आप वर्करां नूं सीधे रूप दे विच कहा गया है कि किसी भी डॉक्टर या अधिकारी नूं माड़ा नहीं बोलना सगों उन्हां दी इज्जत करनी है, पर फिर भी इज्जत दा नशा आम आदमी पार्टी दे वर्करां दे सिर तों उतरदा नजर नहीं आ रहा। ताजा मामला सामने आया बठिंडा तो जिथे विधानसभा हलका तलवंडी साबो अधीन पैंदे पिंड मान वाला दे इक आप वर्कर दे वालों सिविल हस्पताल दी एमरजेंसी वार्ड दे विच जाके जिथे डॉक्टरां दे नाल माड़ा व्यवहार कीता उथे बठिंडा तों मामले नूं सुलझाउंदे लई आए जिला प्रधान कोहली दे सामने गालां कढ दित्तियां। सिविल हस्पताल दे डॉक्टर गुरमेल सिंह ने जानकारी दिंदिआं दस्सिआ कि इक व्यक्ति एमरजेंसी वार्ड विच गिआ जिथे ड्यूटी कर रहे डॉक्टर शहीद गुप्ता दे नाल बदकलामी की। उन्हें दस्सिआ कि उन्हां दे वल्लों मौके ते बठिंडा देहाती दे आप वर्करां नूं सूचित कीता गिआ जिथे ओह वी तुरंत पहुंच गए, परंतु उक्त व्यक्तियां ने उन्हां नूं वी गालां कढ़नियां शुरू कर दित्तियां। मामला इन्ना वध गिआ कि पुलिस बुलाउणी पई। फिलहाल पुलिस उक्त व्यक्तियां नूं राउंड अप करके लै गई है। ए वी पता लगा है कि डॉक्टरां दी शिकायत ते आप वर्करां ते मामला वी दर्ज हो गिआ है। बठिंडा तों जसवीर औलख दी रिपोर्ट, NC7 न्यूज़। ਚੰਗੇ ਰਹੋਗੇ, ਤੈਨੂੰ ਇਹ ਨਹੀਂ ਪਤਾ ਮੈਂ ਕੌਣ ਹਾਂ, ਰਿਐਲਿਟੀ 'ਚ ਨਹੀਂ ਪਤਾ ਤੈਨੂੰ ਮੈਂ ਕੌਣ ਹਾਂ। ਜੇਲ੍ਹ ਕੱਟਣ ਲੱਗੇ ਨਾ ਮੈਨੂੰ ਨਾਨਕੇ ਲੱਗਦੇ ਆ, ਰਿਕੁਐਸਟ ਹੈ ਮੇਰੀ, ਇਹ ਨਾ ਹੋਵੇ ਫੈਮਿਲੀ ਮੈਟਰ ਬਣ ਗਏ। ਤੈਨੂੰ ਦੱਸਦੀ ਗੱਲ, ਤੂੰ ਕਹਿੰਦਾ ਮੈਂ ਦੱਸਦਾ ਨਹੀਂ, ਕਿੰਨੇ ਵਾਰੀ ਪੁੱਛੋਗੇ, ਜਿੰਨੇ ਵਾਰੀ ਮੈਂ ਪੁੱਛੂੰਗਾ ਨਾ ਤੈਨੂੰ ਦੱਸਣਾ ਪਊਗਾ। ਬਈ ਆ ਜਾਓ, ਬੁਲਾ, ਹਾਂ ਲਓ ਬੁਲਾਓ, ਨਾ ਪੁੱਛਿਆ ਤਾਂ ਇਹਦਾ ਮਤਲਬ ਕੀ ਹੋ ਗਿਆ। ਇਹ ਬਾਈ ਜੀ ਮੈਂ ਦੱਸਣਾ ਚਾਹੁੰਦਾ ਗਾ, ਪਹਿਲਾਂ ਤਾਂ ਮੈਂ ਫਤਿਹ ਅਰਜ ਕਰਨਾ ਚਾਹੁੰਦਾ ਸਾਰੇ ਦੋਸਤ ਮਿੱਤਰਾਂ ਨੂੰ ਜਿਹੜੇ ਸਿਗਨੇਚਰ ਖਾ ਕੇ ਮਿਸ ਵੀ ਕਰਦੇ ਹੈਗੇ, ਡਾਕਟਰਾਂ ਨਾਲ ਕਰਦੇ ਆ, ਪੁਲਿਸ ਨਾਲ ਕਰਦੇ ਆ, ਕਿਸੇ ਨਾਲ ਵੀ ਕਰਦੇ ਆ, ਕੋਈ ਵੀ ਨਸ਼ਾ ਪੱਤਾ ਕਰਕੇ ਕਰਦੇ ਆ, ਉਹਨਾਂ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਬਦਨਾਮ ਨਹੀਂ ਕਰਨੀ ਚਾਹੀਦੀ, ਆਮ ਆਦਮੀ ਪਾਰਟੀ ਬਹੁਤ ਹੀ ਕੰਮ ਕਰ ਰਹੀ ਹੈਗੀ। ਉਹਨਾਂ ਨੇ ਹਜੇ ਕੁਰਸੀ 'ਤੇ ਬੈਠੇ ਵੀ ਨਹੀਂ ਸੀ, ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ, ਉਹਨਾਂ ਨੇ ਪਹਿਲਾਂ ਕੰਮ ਕਰਨੇ ਸਟਾਰਟ ਕਰਤੇ ਸੀ। ਸਾਡਾ ਵੀ ਮਰੀਜ਼ ਆ, ਮੈਂ ਵੀ ਮਰੀਜ਼ ਲੈ ਕੇ ਆਏਗਾ, ਉਹਦੀ ਮਰੀਜ਼ ਦੀ ਪੂਰੀ ਸੁਣਵਾਈ ਹੋ ਰਹੀ ਆ, ਸਾਨੂੰ ਬਲੱਡ ਚਾਹੀਦਾ ਸੀ, ਹੁਣ ਬਲੱਡ ਵੀ ਆ ਰਿਹਾ ਗਾ। ਨਸ਼ਾ ਕਰਕੇ ਡਾਕਟਰਾਂ ਨਾਲ ਗਲਤ ਵਰਤਾਓ ਨਹੀਂ ਕਰਨਾ ਚਾਹੀਦਾ। ਮੇਰਾ ਨਾਂ ਡਾਕਟਰ ਗੁਰਮੇਲ ਸਿੰਘ ਹੈ, ਮੈਂ ਇੱਥੋਂ ਸਾਡੇ PCMS ਦੇ ਜਿਹੜੇ ਡਾਕਟਰ ਨੇ ਉਹਨਾਂ ਦੀ ਜੱਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਆ। ਅੱਜ ਸਿਵਲ ਹਸਪਤਾਲ ਬਠਿੰਡਾ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਡਾਕਟਰ ਸਾਹਿਲ ਗੁਪਤਾ ਜਿਹੜੇ ਕਿ ਐਮਰਜੈਂਸੀ ਡਿਊਟੀ 'ਤੇ ਸਨ, ਉਸ ਵਕਤ ਐਮਰਜੈਂਸੀ ਦੇ ਵਿੱਚ ਇੱਕ ਵਿਅਕਤੀ ਜਿਹਦਾ ਨਾਂ ਸਤਨਾਮ ਸਿੰਘ, ਪੁੱਤਰ ਧਰਮ ਸਿੰਘ, ਰੈਜੀਡੈਂਟ ਆਫ ਮਾਨਵਾਲਾ ਥਾਣਾ ਰਾਮਾ ਜ਼ਿਲ੍ਹਾ ਬਠਿੰਡਾ ਹੈ, ਉਹਨੇ ਆ ਕੇ ਡਾਕਟਰ ਸਾਹਿਲ ਗੁਪਤਾ ਦੇ ਨਾਲ ਕਾਫੀ ਜ਼ਿਆਦਾ ਬਦਕਲਾਮੀ ਕੀਤੀ, ਉਹਨਾਂ ਨੂੰ ਕਾਫੀ ਜ਼ਿਆਦਾ ਥਰੈਟਨ ਕੀਤਾ, ਉਹਨਾਂ ਨੂੰ ਇਸ ਕਦਰ ਉਲਝਾਇਆ ਕਿ ਡਾਕਟਰ ਸਾਹਿਬ ਆਪਣੀ ਡਿਊਟੀ ਕਰਨ ਤੋਂ ਵੀ ਅਸਮਰੱਥ ਨਜ਼ਰ ਆਏ, ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਿਆ। ਤਾਂ ਡਾਕਟਰ ਸਾਹਿਬ ਇਕੱਲੇ ਸੀਗੇ, ਤਾਂ ਉਹਨਾਂ ਦੇ ਨਾਲ ਜਦੋਂ ਹੈਲਪ ਵਾਸਤੇ ਇੱਥੇ ਪੋਸਟਮਾਰਟਮ ਕਰਨ ਆਏ ਡਾਕਟਰ ਹਰਸ਼ਿਤ ਗੋਇਲ ਅਤੇ ਮਰੀਜ਼ ਨੂੰ ਦੇਖਣ ਆਏ ਡਾਕਟਰ ਗਗਨਦੀਪ ਸਿੰਘ ਨੇ ਉਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵਿਅਕਤੀ ਲਗਾਤਾਰ ਡਾਕਟਰ ਸਾਹਿਲ ਗੁਪਤਾ ਦੇ ਨਾਲ ਮਾੜਾ ਵਰਤਾਓ ਕਰਦਾ ਰਿਹਾ। ਜਦੋਂ ਇਹ ਸਾਰਾ ਕੁਝ ਹੋ ਚੁੱਕਿਆ ਸੀ ਤਾਂ ਨਾਲ ਦੀ ਨਾਲ ਹੀ ਪੁਲਿਸ ਚੌਂਕੀ ਦੇ ਇੰਚਾਰਜ ਰਜਿੰਦਰ ਕੁਮਾਰ ਜੀ ਵੀ ਉੱਥੇ ਪਹੁੰਚ ਗਏ, ਉਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਇਹ ਸਾਰਾ ਮਾੜਾ ਵਰਤਾਓ ਆ ਜਿਹੜਾ ਉਹ ਚੱਲਦਾ ਰਿਹਾ। ਉਹ ਬੰਦਾ ਵਾਰ ਵਾਰ ਕਹਿ ਰਿਹਾ ਸੀ ਕਿ ਮੈਂ ਆਮ ਆਦਮੀ ਪਾਰਟੀ ਦਾ ਕਾਰਕੁਨ ਹੈ, ਅਸੀਂ ਹੁਣ ਤੁਹਾਨੂੰ ਦੱਸਾਂਗੇ ਹੁਣ ਡਾਕਟਰ ਨਾਲ ਅਸੀਂ ਕੀ ਕਰਨਾ ਗਾ। ਅਸੀਂ ਨਾਲ ਦੀ ਨਾਲ ਜ਼ਿੰਮੇਵਾਰੀ ਸਮਝਦੇ ਹੋਏ ਇੱਥੋਂ ਦੇ ਲੀਗਲ ਸੈੱਲ ਦੇ ਪ੍ਰਧਾਨ ਐਡਵੋਕੇਟ ਨਵਜੀਤ ਸਿੰਘ ਜੀਦਾ ਨੂੰ ਸੂਚਿਤ ਕੀਤਾ, ਨਾਲ ਦੀ ਨਾਲ ਡਿਪਟੀ ਡਿਸਟ੍ਰਿਕਟ ਅਟਾਰਨੀ ਸੋਰੀ ADA ਜਗਰੂਪ ਗਿੱਲ ਸਾਹਿਬ ਜਿਹੜੇ ਕਿ ਜਗਰੂਪ ਸਿੰਘ ਗਿੱਲ ਦੇ ਬੇਟੇ ਨੇ ਉਹਨਾਂ ਨੂੰ ਸੂਚਿਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਦੂਜੇ ਕਾਰਕੁਨਾਂ ਨੂੰ ਸੂਚਿਤ ਕੀਤਾ ਤਾਂ ਕਿ ਉਹ ਸਹੀ ਤੌਰ 'ਤੇ ਦੱਸ ਸਕਣ ਕਿ ਇਹ ਵਿਅਕਤੀ ਕੌਣ ਹੈ। ਬਠਿੰਡਾ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।